ਇਹ ਫਿਰ ਜੋ ਇਹ ਜਿਹੜੇ ਯਜ਼ੀਦੀ ਟੋਲਾ ਹੈ ਇਹ ਕਹਿੰਦੇ ਨੇ ਜੀ ਉਹ ਸਲਤਨਤ ਵਾਸਤੇ ਗਏ ਸਨ। ਇਕਬਾਲ ਕਹਿੰਦਾ ਮੁੱਦਾ ਆ ਸਲਤਨਤ ਬੂਦੇ ਅਗਰ ਖੁਦ ਨਾ ਕਰਦੇ ਬਾ ਚੁਨੀ ਸਾਮਾਨੇ ਸਫ਼ਰ। ਇਕਬਾਲ ਕਹਿੰਦਾ ਜੇ ਹੁਸੈਨ ਸਲਤਨਤ ਵਾਸਤੇ ਗਏ ਹੁੰਦੇ ਤਾਂ ਜਲਿਆ ਸ਼ੀਰ ਖਾਰ ਪੁੱਤਰ ਲੈ ਕੇ ਤਾਂ ਕਦੀ ਨਹੀਂ ਕੋਈ ਜੰਗਾਂ 'ਚ ਗਿਆ। ਹਾਂਜੀ ਤਾਂ ਕਿਆਮਤ ਕਤੇ ਇਸਤਬਦਾਦ ਕਰ ਔਰ ਮੌਜੇ ਖੂਨੇ ਉਹ ਚਮਨ ਆਬਾਦ ਕਰ। ਇਕਬਾਲ ਕਹਿੰਦਾ ਇਹ ਤਾਂ ਹੁਸੈਨ ਇਬਨ ਅਲੀ ਦਾ ਹੀ ਕੰਮ ਸੀ ਤਾਂ ਕਿਆਮਤ ਜ਼ਾਲਮਾਂ ਦਾ ਪੰਜਾ ਤੋੜ ਗਏ। ਹਾਂਜੀ ਪੂਰੀ ਸਲਤਨਤ ਇੱਕ ਤਰਫ ਖੜੀ ਹੋਵੇ ਅਤੇ ਹੁਸੈਨ ਇਕੱਲੇ ਵੀ ਉਹਨਾਂ ਦਾ ਪੰਜਾ ਤੋੜ ਦਿੰਦੇ ਨੇ। ਹਾਂਜੀ ਇਕਬਾਲ ਕਹਿੰਦਾ ਤਾਂ ਕਿਆਮਤ ਕਤੇ ਇਸਤਬਦਾਦ ਕਰ ਔਰ ਖੂਨੇ ਮੌਜੇ ਉਹ ਚਮਨ ਆਬਾਦ ਕਰ। ਇਕਬਾਲ ਕਹਿੰਦਾ ਤੈਨੂੰ ਪਤਾ ਹੈ ਇਸ ਖੇਤ ਨੂੰ ਅਤੇ ਇਸ ਚਮਨ ਨੂੰ ਖੂਨ ਕੌਣ ਦੇ ਕੇ ਆਬਾਦ ਕਰ ਗਿਆ ਕਿਆਮਤ ਤੱਕ? ਇਕਬਾਲ ਕਹਿੰਦਾ ਉਹ ਹੁਸੈਨ ਇਬਨ ਅਲੀ ਕਰ ਗਿਆ ਕਿਆਮਤ ਤੱਕ।